ਲੌਂਗ ਦਾ ਮਤਲਬ ਤਾਂ ਜਦੋਂ ਅਸੀਂ ਕੋਈ ਚੀਜ਼ ਬਾਏ ਕਰਦੇ ਹਾਂ ਸੋ ਮਾਰਜਨ ਸੋ ਆ ਦੇਖੋ ਹੁਣ ਮੈਂ ਥਿਸ ਇਜ਼ ਵਾਈ ਆ ਗਾਟ ਥਿਸ ਮਾਰਜਨ ਥਿੰਗ ਏ ਇਅਰ ਸੋ ਜਦੋਂ ਮੰਨ ਲਓ ਹੁਣ ਇਹਦੇ ਵਿੱਚ ਮੈਂ 1000 ਡਾਲਰ ਡਿਪੋਜ਼ਿਟ ਕਰਾਇਆ ਇਸ ਅਕਾਊਂਟ ਦੇ ਵਿੱਚ ਠੀਕ ਹੈ ਸੋ 1000 ਡਾਲਰ ਹੀ ਮੈਨੂੰ ਇੱਥੇ ਦਿਖਣਾ ਕਿ ਮੇਰਾ ਟੋਟਲ ਜਿਹੜਾ ਬੈਲੈਂਸ ਹੈ 1000 ਡਾਲਰ ਹੈ ਪਰ ਐਕਚੁਅਲੀ ਇਹ 1000 ਡਾਲਰ ਡਿਪੈਂਡ ਕਰਦਾ ਤੇ ਮੇਰੀ ਕਿੰਨੀ ਲੀਵਰੇਜ ਆ ਇਹ ਉਸ ਹਿਸਾਬ ਨਾਲ ਮਲਟੀਪਲਾਈ ਹੋ ਚੁੱਕਾ ਆ ਸੋ ਜੇ ਅਮ ਇਹ ਹਜ਼ਾਰ ਨੂੰ ਮਲਟੀ 500 ਯੂਰੋ 500 ਲੀਵਰੇਜ ਵਾਲਾ ਟਰੇਡ ਆ 500 ਟੂ 1 ਉਹਦਾ ਮਤਲਬ ਮੇਰਾ ਜਿਹੜਾ ਹਜ਼ਾਰ ਆ ਉਹ 5 ਲੱਖ ਡਾਲਰ ਦੀ ਮੈਨੂੰ ਹੁਣ ਪਾਵਰ ਸੋ ਇਹ ਐਕਚੁਅਲੀ ਹਜ਼ਾਰ ਜਿਹੜਾ ਇਕੁਅਲ ਟੂ 5 ਲੱਖ ਡਾਲਰ ਆ ਠੀਕ ਆ ਸੋ ਉਹਦੇ ਚ ਜਦੋਂ ਬੈਲੈਂਸ ਹੁੰਦਾ ਇਹਦਾ ਤੁਹਾਡਾ ਬੈਲੈਂਸ ਦਿਖਦਾ ਜਦੋਂ ਤੁਸੀਂ ਮੋਬਾਈਲ ਦੇ ਉੱਤੇ ਦੇਖਦੇ ਜਾਂ ਕੰਪਿਊਟਰ ਦੇ ਦੇਖਦੇ ਤੁਹਾਨੂੰ ਆ ਚੀਜ਼ਾਂ ਮੇਨ ਜਿਹੜਾ ਸਾਡਾ ਅਕਾਊਂਟ ਦਾ ਡੈਸ਼ਬੋਰਡ ਹੈ ਇਹ ਅੰਡਰਸਟੈਂਡ ਕਰਨਾ ਬਹੁਤ ਜ਼ਰੂਰੀ ਆ ਤਾਨੂੰ ਪਤਾ ਹੋਣਾ ਚਾਹੀਦਾ ਕਿ ਹਰ ਇੱਕ ਚੀਜ਼ ਆ ਸਿਰਫ ਛੇ ਚੀਜ਼ਾਂ ਪੰਜ ਚੀਜ਼ਾਂ ਆ ਇੱਥੇ ਜਿਹੜੀਆਂ ਸਾਨੂੰ ਅੰਡਰਸਟੈਂਡ ਕਰਨੀਆਂ ਪੈਣੀਆਂ ਬੈਲੈਂਸ ਇਕਵਿਟੀ ਮਾਰਜਨ ਫਰੀ ਮਾਰਜਨ ਮਾਰਜਨ ਆ ਠੀਕ ਹੈ ਬੈਲੈਂਸ ਜਿੰਨੇ ਤੁਸੀਂ ਪੈਸੇ ਪਾਏ ਹੋਏ ਆ ਇਕਵਿਟੀ ਜਿੰਨਾ ਤੁਹਾਡਾ ਪ੍ਰੋਫਿਟ ਜਾਂ ਲਾਸ ਹੋ ਰਿਹਾ ਆ ਉਹਨੂੰ ਕੱਟਣ ਤੋਂ ਬਾਅਦ ਕੀ ਬਚਿਆ ਤੁਹਾਡੇ ਕੋਲ ਮਤਲਬ ਕਰੰਟ ਅਕਾਊਂਟ ਦੇ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਤੁਹਾਡੇ ਕੋਲ ਇੰਨੇ ਪੈਸੇ ਐਕਚੁਅਲੀ ਪਏ ਆ ਕਿਉਂਕਿ ਤੁਹਾਡੇ ਜਿਹੜੇ ਦੋਨੇ ਟ੍ਰੇਡ ਆ ਲਾਸ ਦੇ ਵਿੱਚ ਚੱਲ ਰਹੇ ਆ ਸੋ ਤੁਹਾਡਾ ਲਾਸ ਜਿਹੜਾ 3 ਡਾਲਰ 16 ਸੈਂਟ ਆ ਪੈਣੀਆਂ ਦੇ 99684 ਤੁਹਾਡੇ ਕੋਲ ਬਾਕੀ ਰਹਿ ਗਿਆ ਬਾਕੀ ਮਤਲਬ ਜਿੰਨੇ ਪੈਸੇ ਪਏ ਹੋਇਆ ਮਾਰਜਨ ਮਾਰਜਨ ਦਾ ਮਤਲਬ ਇਥੇ 31.70 ਇਹ ਬਹੁਤ ਲੋਕ ਕੀ ਕੰਫਿਊਜ਼ ਹੋ ਜਾਂਦੇ ਇਥੇ ਮਾਰਜਨ ਦਾ ਮਤਲਬ ਇਹ ਆ ਕਿ ਜਿੰਨੀ ਕੋਸਟ ਹੋਈ ਆ ਇਹਨਾਂ ਦੋਨਾਂ ਟਰੇਡ ਨੂੰ ਓਪਨ ਕਰਨ ਦੀ ਠੀਕ ਆ ਮਤਲਬ ਡੋਲਰ US 골ਡ ਦਾ ਟਰੇਡ ਓਪਨ ਕਰਨ ਤੇ GBP ਨਿਊਜ਼ਲੈਂਡ ਦਾ ਟਰੇਡ ਓਪਨ ਕਰਨ ਦੀ ਜਿਹੜੀ ਕੋਸਟ ਆ ਉਹ ਹੈਗੀ ਆ 31.87 ਬਣੀ ਆ ਠੀਕ ਹੈ ਸੋ ਇਹ ਬਹੁਤ ਇੰਪੋਰਟੈਂਟ ਹੈ ਸੋ ਆ ਜਦੋਂ ਵੀ ਤੁਸੀਂ ਇਹ ਪਾਰਟ ਦੇਖਣਾ ਹੈ ਤੁਹਾਨੂੰ ਦੇਖਣਾ ਕਿ ਤੁਹਾਡੇ ਕਿੰਨੇ ਟਰੇਡ ਓਪਨ ਹੋਏ ਆ ਜਿੰਨੇ ਵੀ ਟਰੇਡ ਤੁਹਾਡੇ ਓਪਨ ਹੋਏ ਹੋ ਆ ਜਿੰਨੇ ਵੀ ਟਰੇਡ ਓਪਨ ਹੋਏ ਆ ਉਹ ਤੁਹਾਡਾ ਇੰਨਾ ਪੈਸਾ ਖਾ ਰਹੇ ਆ ਉਹ ਸਿਰਫ ਓਪਨ ਹੋਣ ਦੇ ਵਿੱਚ ਉਹਨਾਂ ਨੇ ਇੰਨਾ ਪੈਸਾ ਸਪੈਂਡ ਕੀਤਾ ਹੈ ਸੋ ਇਕਵਿਟੀ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਮਾਰਜਨ ਹੈ ਜਿਹਦੇ ਵਿੱਚ ਕਿੰਨਾ ਆ ਦੋ ਟਰੇਡ ਕਰਨ ਦੇ ਲਈ ਜਿੰਨਾ ਖਰਚਾ ਆਇਆ ਤੁਹਾਡਾ ਠੀਕ ਹੈ ਮਤਲਬ ਇੱਕ ਅਸੀਂ ਜੇ ਤਾਂ ਹੁਣ ਮੰਨ ਲਓ ਕਾਰ ਕਿਰਾਏ ਤੇ ਲਈ ਆ ਕਾਨ ਜਿਹੜਾ ਕਿਰਾਏ ਤੇ ਲੈਣ ਦੇ ਲਈ ਕਿੰਨਾ ਕਿਰਾਇਆ ਦੇਣਾ ਹੈ ਠੀਕ ਹੈ ਸੋ ਹੁਣ ਉਹ ਕਿਰਾਇਆ ਦੇ ਕੇ ਮਾਈਨਸ ਤੇ ਪਲੱਸ ਆ ਉਹ ਇਹਦਾ ਸਾਈਨ ਜਿੰਨਾ ਉਹਦੇ ਵਿੱਚ ਫਿਊਲ ਯੂਜ਼ ਹੋ ਰਿਹਾ ਆ ਠੀਕ ਹੈ ਸੋ ਇਹ ਘਾਟਾ ਹੋ ਰਿਹਾ ਸੋ ਅਸੀਂ ਫਿਊਲ ਯੂਜ਼ ਕਰ ਰਹੇ ਆ ਉਹ 3 ਡਾਲਰ 16 ਪੈ ਰਿਹਾ ਸਾਡੇ ਐਕਸਟਰਾ ਉੱਪਰ ਕਾਸਟ ਹੋ ਜਾਂਦਾ ਫ੍ਰੀ ਮਾਰਜਨ ਫ੍ਰੀ ਮਾਰਜਨ ਉਹ ਮਾਰਜਨ ਆ ਜਿਹਦੇ ਵਿੱਚ ਅਸੀਂ ਜਿੰਨੇ ਸਾਡਾ ਘਾਟਾ ਚੱਲ ਰਿਹਾ ਇੱਥੇ ਤੇ ਜਿੰਨਾ ਸਾਡਾ ਆਹ ਕਾਸਟ ਆਈ ਆ ਇੱਕ ਕੱਢ ਕੇ ਮਾਈਨਸ ਕਰਕੇ ਸਾਡੇ ਕੋਲ ਫ੍ਰੀ ਮਾਰਜਨ ਸਾਡਾ ਜਿਹੜਾ ਕੰਪਲੀਟਲੀ ਸਾਡੇ ਕੋਲ ਐਕਚੁਅਲੀ ਕੀ ਬਚਿਆ ਹੋਇਆ ਤੁਹਾਡੇ ਕੋਲ ਦੇ ਵਿੱਚ ਠੀਕ ਹੈ ਉਹਨਾਂ ਨੇ 골ਡ ਵੀ ਬਾਇ ਕੀਤਾ ਆ ਜੀਵੀਪੀ ਨਿਊਜ਼ੀਲੈਂਡ ਦਾ ਟ੍ਰੇਡ ਵੀ ਬਾਇ ਕੀਤਾ ਆ ਉਹ ਬਾਇ ਕਰਨ ਤੋਂ ਬਾਅਦ ਆ ਘਾਟਾ ਟੇਕ ਆਊਨ ਕਰਨ ਤੋਂ ਬਾਅਦ ਸਾਡੇ ਕੋਲ ਕੀ ਬਚਿਆ ਜਿਹਦੇ ਨਾਲ ਅਸੀਂ ਹੋਰ ট্রেਡਿੰਗ ਕਰ ਸਕਦੇ ਆ ਉਹ ਹੈਗਾ ਆ ਮਾਰਜਨ 965 964 97 ਠੀਕ ਹੈ ਮਾਰਜਨ ਲੈਵਲ ਪਰਸੈਂਟੇਜ ਜਿਹੜੀ ਆ ਇਟ ਬਹੁਤ ਇੰਪੋਰਟੈਂਟ ਫੈਕਟਰ ਹੈ ਆ ਟ੍ਰੇਡਿੰਗ ਦਾ ਸੋ ਥੀਸ ਟੂ ਫ੍ਰੀ ਮਾਰਜਨ ਐਂਡ ਮਾਰਜਨ ਲੈਵਲ ਪਰਸੈਂਟੇਜ ਆ ਬਿਲੋਂਗ ਟੂ ਈਚ ਅਦਰ ਸੋ ਜਦੋਂ ਵੀ ਤੁਸੀਂ ਟ੍ਰੇਡਿੰਗ ਕਰਨੀ ਆ ਆ ਜਿਹੜਾ ਪਾਰਟ ਆ ਮਾਰਜਨ ਲੈਵਲ ਦਾ ਮੇਰੇ ਹਿਸਾਬ ਦੇ ਨਾਲ ਜੇਸਾ ਨਾ ਮੈਂ ਵਧੀਆ ਤਰੀਕੇ ਨਾਲ ਟ੍ਰੇਡਿੰਗ ਮੇਸ਼ਾ ਕਰਦਾ ਹਾਂ ਇਟ ਹੈਸ ਟੂ ਸਟੇ ਅਬ 1000 ਠੀਕ ਆ ਸੋ ਮਾਰਜਨ ਲੈਵਲ ਜਿਹੜਾ ਆ ਇਹਨੂੰ ਇਹਦੇ ਤੋਂ ਹਜ਼ਾਰ ਤੋਂ ਉੱਪਰ ਰਹਿਣਾ ਚਾਹੀਦਾ ਆ ਜੇ ਇਹ ਹਜ਼ਾਰ ਤੋਂ ਥੱਲੇ ਡ੍ਰੌਪ ਹੁੰਦਾ ਯੂ ਨਾਟ ਗੋਇੰਗ ਟੂ ਓਪਨ ਐਨੀ ਮੋਰ ਟ੍ਰੇਡਸ ਸੋ ਜਦੋਂ ਵੀ ਤੁਹਾਨੂੰ ਇਹ ਨਾ ਪਤਾ ਲੱਗੇ ਕਿ ਮੈਂ ਕਿੰਨੇ ਕਿ ਟ੍ਰੇਡ ਓਪਨ ਕਰ ਸਕਦਾ ਆਪਣੇ ਅਕਾਊਂਟ ਦੇ ਵਿੱਚ ਕਿੰਨੇ ਸਾਈਜ਼ ਦੇ ਟ੍ਰੇਡ ਓਪਨ ਕਰ ਸਕਦਾ ਸੋ ਜਦੋਂ ਇੱਕ ਟ੍ਰੇਡ ਓਪਨ ਕਰਨ ਤੋਂ ਬਾਅਦ ਤੁਹਾਡੇ ਕੋਲ ਜਿਹੜਾ ਮਾਰਜਨ ਲੈਵਲ ਆ 1000 ਤੋਂ ਥੱਲੇ ਡਿੱਪਿਆ ਯੂ ਆਰ ਨੋਟ ਗੋਇੰ ਟੂ ਓਪਨ ਐਨੀ ਮੋਰ ਟ੍ਰੇਡ ਠੀਕ ਹੈ ਸੋ ਔਰ ਹਮੇਸ਼ਾ ਟ੍ਰੇਡ ਤੁਸੀਂ ਉਹਨੂੰ ਬੰਦ ਕਰ ਦੇਣਾ ਟ੍ਰੇਡ ਲਾਈਨ ਤੋਂ ਸੋ ਜਿਹੜਾ ਟ੍ਰੇਡ ਚੱਲਦਾ ਆ ਯੂ ਨੀਡ ਟੂ ਵੇਟ ਫਾਰ ਥੈਟ ਟ੍ਰੇਡ ਟੂ ਗਿਵ ਯੂ ਪ੍ਰੋਫਿਟ অর ਲਾਸ ਸੋ ਇਸ ਕਰਕੇ ਮੇਸ਼ਾ ਇੰਪੋਰਟੈਂਟ ਹੁੰਦਾ ਆ ਤੁਹਾਡਾ ਪ੍ਰੋਫਿਟ ਤੇ ਲਾਸ ਉਹਦੇ ਵਿੱਚ ਤੈਅ ਕਰਨਾ ਕਿ ਕਿੰਨਾ ਪ੍ਰੋਫਿਟ ਲੈਣਾ ਆ ਤੇ ਕਿੰਨਾ ਮੈਂ ਲਾਸ ਲੈਣਾ ਆ ਠੀਕ ਆ ਸੋ ਬੈਲੈਂਸ 1000 ਡਾਲਰ ਇਕਵਿਟੀ ਜਿਹੜੀ ਆ 996 996 ਜਿਹੜੇ ਆ ਉਹ ਕੱਢ ਕੇ ਤੁਹਾਡਾ ਟੋਟਲ ਲਾਸ ਕਿੰਨਾ ਚੱਲ ਰਿਹਾ ਆ ਜਾਂ ਪ੍ਰੋਫਿਟ ਜੇ ਪ੍ਰੋਫਿਟ ਚੱਲ ਰਿਹਾ ਤਾਂ ਇਹ ਪਲੱਸ ਹੋਏਗਾ ਜੇ ਲਾਸ ਚੱਲ ਰਿਹਾ ਤੇ ਮਾਈਨਸ ਹੋਏਗਾ ਠੀਕ ਹੈ ਇਕਵਿਟੀ ਜਿਹੜੀ ਆ ਬੈਲੈਂਸ ਤੋਂ ਮਾਰਜਨ ਜਿਹੜਾ ਆ ਮਾਰਜਨ ਦੇ ਵਿੱਚ ਜਦੋਂ ਅਸੀਂ ਜਦੋਂ ਅਸੀਂ 골ਡ ਬਾਏ ਕਰਨ ਜਾ ਰਹੇ ਹਾਂ ਅਸੀਂ ਉਹ ਸ਼ਾਪ ਵਾਲੇ ਨੂੰ ਕਿਹਾ ਕਿ ਸਾਨੂੰ ਭਾਈ 10 ਗ੍ਰਾਮ 골ਡ ਦੇ ਦੇ ਉਹਨੇ ਕਿਹਾ ਕਿ ਤੁਹਾਨੂੰ ਇਹ 10 ਡਾਲਰ ਜਾਂ ਮੈਨੂੰ 20 ਡਾਲਰ ਦੇਣੇ ਪੈਣੇ ਆ ਇਹ 골ਡ ਲੈਣ ਲਈ ਕਿ ਮੈਂ ਮਤਲਬ ਮੈਂ ਕਿਰਾਏ ਤੇ ਲਿਆ ਉਹ 골ਡ ਉਹਨਾਂ ਚੋਂ ਇਹ ਸੀ ਇਹ ਕਿਰਾਏ ਤੇ ਲੈ ਰਹੇ ਆ ਰੈਂਟ ਤੇ ਲੈ ਰਹੇ ਆ 골ਡ ਜੀਵੀਪੀ ਨਿਊਜ਼ੀਲੈਂਡ ਸਾਰਾ ਕੁਝ ਤਾ ਅਸੀਂ ਉਹ ਰੈਂਟ ਤੇ ਇਸ ਕੰਫੀਡੈਂਸ ਨਾਲ ਰਹਿ ਰਹੇ ਹਾਂ ਕਿ ਇਹਦੀ ਪ੍ਰਾਈਸ ਵਧੂਗੀ ਮੈਂ ਬਾਏ ਕੀਤਾ ਹੋਇਆ ਇਹਦੀ ਪ੍ਰਾਈਸ ਵਧੂਗੀ 골ਡ ਦੀ ਤਾਂ ਮੈਂ ਜ਼ਿਆਦਾ ਪੈਸੇ ਕਮਾਂਗਾ ਅਸੀਂ ਉਹਨੂੰ ਕਿਹਾ ਕਿ ਤੂੰ ਓਕੇ ਉਹਨੇ ਕਿਹਾ ਕਿ ਮੈਨੂੰ 20 ਡਾਲਰ ਦੇ ਦੇ ਰੈਂਟ ਤੇ ਲੈ ਜਾ ਇੰਨਾ 골ਡ ਸੋ ਮੈਂ 20 ਡਾਲਰ ਦੇ ਕੇ ਉਹ 골ਡ ਰੈਂਟ ਤੇ ਲੈ ਲਿਆ ਉਹ 20 ਡਾਲਰ ਜਿਹੜੇ ਮੇਰੇ ਮਾਰਜਨ ਚ ਐਡ ਹੋ ਗਿਆ ਠੀਕ ਹੈ ਤੇ ਜਦੋਂ ਮੈਂ ਜੀਵੀਪੀ ਨਿਊਜ਼ੀਲੈਂਡ ਗਿਆ ট্রেਡਿੰਗ ਕਰਨ ਉਹਨੇ 11.87 ਪੈਣੀ ਮੰਗੇ ਮੈਂ ਉਹ 11.87 ਪੈਣੀ ਉਹਨੂੰ ਦੇ ਦਿੱਤੇ ਉਹਦੇ ਲਈ ਆਹ ਟ੍ਰੇਡ ਖੋਲ ਲਿਆ ਮੈਂ ਠੀਕ ਆ ਇਹ ਮੇਰੀ ਕਾਸਟ ਆ ਉਹ ਟਰੇਡ ਓਪਨ ਕਰਨ ਤੇ ਠੀਕ ਆ ਸੋ ਆਲਸੋ ਉਹ ਟਰੇਡ ਓਪਨ ਹੋਣ ਤੋਂ ਬਾਅਦ ਜਦੋਂ ਇਹ ਟਰੇਡ ਪ੍ਰੋਫਿਟ ਚ ਬੰਦ ਹੋ ਗਿਆ ਨਾ ਆਹ ਜਦੋਂ ਟਰੇਡ 3 ਡਾਲਰ 3 ਡਾਲਰ ਮਾਈਨਸ ਤੋਂ ਚੇਂਜ ਹੋ ਕੇ 6 ਡਾਲਰ ਹੋ ਗਿਆ ਤੇ ਮੈਂ ਬੰਦ ਕਰਤਾ ਆ ਜਿਹੜਾ ਇਹਨਾਂ ਨੇ ਮੈਨੂੰ ਮਾਰਜਨ ਜਿਹੜਾ ਮੇਰਾ ਬਲੌਕ ਕੀਤਾ ਸੀ ਇਹਨਾਂ ਨੇ ਮੈਨੂੰ ਵਾਪਸ ਐਡ ਕਰ ਦੇਣਾ ਠੀਕ ਆ ਤੇ ਪਲੱਸ ਮੇਰਾ ਪ੍ਰੋਫਿਟ ਉਹਦੇ ਚ ਐਡ ਹੋ ਜਾਣਾ ਸੋ ਮੈਂ ਐਕਚੁਅਲੀ ਇਹ ਸਭ ਰੈਂਟ ਦੇ ਉੱਤੇ ਮੇਰੇ ਪੈਸੇ ਉਹਨਾਂ ਨੇ ਹੋਲਡ ਕੀਤੇ ਹੋਏ ਆ ਜੇ ਮੈਂ ਲੌਸ ਕਰ ਗਿਆ ਉਹ ਮੇਰਾ ਆ ਲਾਸ ਕੱਟ ਦੇਣਾ ਇਹ ਪੈਸੇ ਮੇਰੇ ਵਾਪਸ ਟ੍ਰੇਡ ਦੇ ਵਿੱਚ ਆ ਜਾਣੇ ਉਹ ਜਿਦਾ ਉਹਨਾਂ ਨੇ ਕਿ ਮੰਨ ਲਓ ਤੁਹਾਨੂੰ ਇੱਕ ਤਰ੍ਹਾਂ ਦਾ ਰੈਂਟ ਅਮਾਉਂਟ ਜਿਹੜੇ ਕਹਿੰਦੇ ਸਿਕਿਉਰਿਟੀ ਅਮਾਉਂਟ ਰੱਖੀ ਹੋਈ ਆ ਤੁਹਾਡੇ ਟ੍ਰੇਡ ਦੀ ਉਹ ਠੀਕ ਹੈ ਸੋ ਸਾਰਾ ਮਹੱਤਵਪੂਰਨ ਚੀਜ਼ ਜਿਹੜੀ ਅੰਡਰਸਟੈਂਡ ਕਰਨੀ ਆ ਆ ਆ ਫ੍ਰੀ ਮਾਰਜਨ ਤੇ ਮਾਰਜਨ ਪਰਸਨਲ ਲੈਵਲ ਮਾਰਜਨ ਲੈਵਲ ਜਿਹੜਾ ਆ ਹਮੇਸ਼ਾ ਹੀ ਹਜ਼ਾਰ ਤੋਂ ਉੱਪਰ ਹੋਣਾ ਚਾਹੀਦਾ ਜੇ ਤੁਹਾਡਾ ਅਕਾਊਂਟ ਹਜ਼ਾਰ ਤੋਂ ਥੱਲੇ ਰਹਿੰਦਾ ਆ ਕਨਸਟੈਂਟਲੀ ਮੀਨਸ ਯੂ ਆਰ ਨੋਟ ਡੂਇੰਗ ਅ ਗੁੱਡ ਟਰੇਡਿੰਗ ਯੂ ਨੀਡ ਟੂ ਮੇਕ ਸ਼ੋਰ ਤੁਹਾਡੇ ਜਿਹੜੀ ਲੀਵਰੇਜ ਆ ਉਹ ਐਜ਼ ਅ ਡਿਫੈਂਸ ਮੈਕੈਨਿਜ਼ਮ ਤੁਹਾਨੂੰ 1000% ਤੋਂ ਉੱਪਰ ਹੀ ਰੱਖ ਰਹੇ ਹੋ ਤੁਸੀਂ 2000 ਰੱਖੋਗੇ ਬਾਲੇ ਵਧੀਆ ਆ ਠੀਕ ਆ ਜੇ ਤੁਹਾਡਾ ਅਕਾਊਂਟ ਵੱਡਾ ਆ ਜੇ ਤੁਸੀਂ ਜਦਾ ਮੰਨ ਲਓ ਤੁਸੀਂ 5000 ਡਾਲਰ ਪਾਇਆ 10000 ਡਾਲਰ ਪਾਇਆ ਉਹਦੇ ਲਈ ਜਿੰਨਾ ਜ਼ਿਆਦਾ ਵੱਡਾ ਮਾਰਜਨ ਰੱਖੋਗੇ ਜਿੰਨਾ ਵੱਡਾ ਕਾਊਂਟ ਹੈ ਉਨੀ ਹੀ ਜ਼ਿਆਦਾ ਪ੍ਰੋਟੈਕਸ਼ਨ ਹੈ ਤੁਹਾਡੇ ਪੈਸੇ ਦੀ ਠੀਕ ਹੈ ਇਸ ਟੀਚਸ ਯੂ ਕਿ ਕਿੰਨਾ ਅਸੀਂ ਰਿਸਕ ਫ੍ਰੀ ਹੋ ਕੇ ਟਰੇਡ ਕਰਦਾ ਆ ਜਿੰਦਾ ਵੱਡਾ ਮਾਰਜਨ ਰੱਖਾਂਗੇ ਉਨਾ ਹੀ ਘੱਟ ਰਿਸਕ ਰਹੇਗਾ ਠੀਕ ਹੈ ਸੋ ਰਿਸਕ ਹੁੰਦਾ ਗਿਆ ਸੋ ਇਹਦੇ ਰਿਸਕ ਮੈਨੇਜਮੈਂਟ ਜਿਹੜੀ ਹੁੰਦੀ ਆ ਇਟਸ ਅਬਾਊਟ ਓਪਨਿੰਗ ਅ ਪੋਜੀਸ਼ਨ ਥੈਟ ਇਜ਼ ਸੂਟੇਬਲ ਫॉर ਦ ਬੈਲੈਂਸ ਠੀਕ ਹੈ ਸੋ ਸੋ ਰਿਸਕ ਜਿਹੜਾ ਮੈਨੇਜਮੈਂਟ ਆ ਇਸ ਅਬਾਊਟ ਓਪਨਿੰਗ ਪੋਜੀਸ਼ਨ ਦੈਟ ਆਰ ਸੂਟੇਬਲ ਫਾਰ ਦਾ ਬੈਲੈਂਸ ਠੀਕ ਆ ਇਹ ਰਿਸਕ ਜਦੋਂ ਅਸੀਂ ਕੋਈ ਵੀ ਪੋਜੀਸ਼ਨ ਓਪਨ ਕਰਦੇ ਆ ਸਾਡੇ ਟਰੇਡਿੰਗ ਕਾਊਂਟ ਦੇ ਵਿੱਚ ਉਹ ਜਿਹੜੀ ਆ ਪੋਜੀਸ਼ਨ ਆ ਉਹਨਾਂ ਚਿਰ ਜਦੋਂ ਪੋਜੀਸ਼ਨ ਓਪਨ ਹੁੰਦੀ ਆ ਸਾਡਾ ਰਿਸਕ ਸਟਾਰਟ ਹੋ ਜਾਂਦਾ ਉਸ ਪੋਜੀਸ਼ਨ ਨਾਲ ਠੀਕ ਆ ਸੋ ਵੈਨ ਯੂ ਡੋਂਟ ਹੈਵ ਐਨੀ ਪੋਜੀਸ਼ਨ ਓਪਨਡ ਯੂ ਆਰ ਨਾਟ ਟੇਕਿੰਗ ਐਨੀ ਰਿਸਕ ਠੀਕ ਹੈ ਸੋ ਜਿੰਨਾ ਜਰ ਸਾਡੇ ਕੋਲ ਕੋਈ ਰਿਸਕ ਸਾਡੀ ਕੋਈ ਪੋਜੀਸ਼ਨ ਓਪਨ ਹੀ ਟ੍ਰੇਡਿੰਗ ਕਾਉਂਟ ਦੇ ਵਿੱਚ ਉਹਨਾਂ ਜਾਂ ਸਾਨੂੰ ਕੋਈ ਰਿਸਕ ਨਹੀਂ ਹੈਗਾ ਸਾਡਾ ਕੋਈ ਮਾਰਜਨ ਲੈਵਲ ਰੀਡਿੰਗ ਨਹੀਂ ਹੈਗੀ ਸਾਡਾ ਕੁਝ ਨਹੀਂ ਕਿਉਂਕਿ ਸਾਡਾ ਅਕਾਊਂਟ ਬਿਲਕੁਲ ਅਨਟੱਚ ਆ ਦ ਮੂਮੈਂਟ ਇਨ ਵਿਚ ਯੂ ਓਪਨ ਅ ਪੋਜੀਸ਼ਨ ਡਿਪੈਂਡਿੰਗ ਔਨ ਯੋਰ ਕੈਪੀਟਲ ਐਂਡ ਦ ਪੋਜੀਸ਼ਨ ਯੂ ਆਰ ਟੇਕਿੰਗ ਠੀਕ ਹੈ ਸੋ ਜਿਸ ਮੂਮੈਂਟ ਦੇ ਵਿੱਚ ਤੁਸੀਂ ਓਪਨ ਜਦੋਂ ਜਦੋਂ ਤੁਸੀਂ ਓਪਨ ਕਰਦੇ ਆ ਪੋਜੀਸ਼ਨ ਉਸੇ ਵੇਲੇ ਤੁਹਾਡਾ ਜਿਹੜਾ ਰਿਸਕ ਆ ਉਹ ਸਟਾਰਟ ਹੋ ਜਾਂਦਾ ਕਿਉਂਕਿ ਉਹ ਤੁਹਾਡਾ ਮਾਰਜਨ ਜਿਹੜਾ ਆ ਲਾਸ ਜਿਹੜਾ ਮਾਰਜਨ ਜਿਹੜਾ ਤੁਹਾਡੇ ਅਕਾਊਂਟ ਦੇ ਵਿੱਚ ਹੈ ਉਹ ਯੂਜ਼ ਕਰਨਾ ਪੈਣਾ ਸੋ ਤੁਹਾਡਾ ਰਿਸਕ ਸਟਾਰਟ ਹੋ ਗਿਆ ਐਸ ਸੂਨ ਐਸ ਯੂ ਓਪਨ ਅ ਟ੍ਰੇਡ ਇਫ ਯੂ ਓਪਨ ਅਨਦਰ ਪੋਜੀਸ਼ਨ ਜੇ ਤੁਸੀਂ ਇੱਕ ਟ੍ਰੇਡ ਤੋਂ ਬਾਅਦ ਦੂਜਾ ਟ੍ਰੇਡ ਓਪਨ ਕਰਦੇ ਆ ਉਹਦੇ ਨਾਲ ਜਿਹੜਾ ਰਿਸਕ ਆ ਉਹ ਵੱਧ ਜਾਣਾ ਹੋਰ ਸੋ ਰਿਸਕ ਇਜ਼ ਇਨਕਰੀਜ਼ਡ ਮਾਰਜਨ ਲੈਵਲ ਵਿਲ ਡ੍ਰੋਪ ਸੋ ਜਦ ਇਹਦਾ ਆਪਾਂ ਸੌਰੀ ਜਿੱਦਾਂ ਇਹਦਾ ਆਪਾਂ ਟਰੇਡ ਓਪਨ ਕਰੀ ਜਾਣੇ ਆ ਨਾ ਇੱਥੇ ਇੱਥੇ ਸੋ ਓਦਾਂ-ਓਦਾਂ ਜਿਹੜਾ ਸਾਡਾ ਮਾਰਜਨ ਲੈਵਲ ਆ ਵਧੀ ਜਾਣਾ ਆ ਤੇ ਸੌਰੀ ਮਾਰਜਨ ਵਧੀ ਜਾਣਾ ਆ ਤੇ ਮਾਰਜਨ ਲੈਵਲ ਡ੍ਰੌਪ ਹੋ ਜਾਣਾ ਮਤਲਬ ਜਦੋਂ-ਜਦੋਂ ਸਟ੍ਰੇਟ ਓਪਨ ਕਰੀ ਜਾਣੇ ਆ ਜਿੰਨਾ ਉਹ ਟਰੇਡ ਓਪਨ ਕਰਨ ਤੇ ਸਾਡਾ ਖਰਚਾ ਆਇਆ ਆ ਜਿਹੜੀ ਉਹਨਾਂ ਨੇ ਸਿਕਿਉਰਿਟੀ ਰੱਖੀ ਸਾਡੇ ਤੋਂ ਉਹ ਜਿਹੜੀ ਆ ਉਹ ਜਿਹੜੀ ਸਾਡੀ ਮਾਰਜਨ ਲੈਵਲ ਪਰਸੈਂਟੇਜ ਆ ਉਹ ਸਾਡੇ ਟੋਟਲ